ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਸਿਹਤ ਕੇਂਦਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਮੰਗਲਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਿਵਲ ਹਸਪਤਾਲ ਸਮੇਤ ਵੱਖ ਵੱਖ ਸਿਹਤ ਕੇਂਦਰਾਂ 'ਤੇ ਕੋਰੋਨਾ ਵੈਕਸੀਨੇਸ਼ਨ ਉਪਲਬਧ ਨਹੀਂ ਸੀ, ਜਿਸ ਕਾਰਨ ਟੀਕਾਕਰਨ ਕਰਾਉਣ ਆਏ ਲੋਕਾਂ ਨੂੰ ਕਾਫ਼ੀ ਮੁਸ਼ਕਲ ਹੋਈ। ਲੋਕਾਂ ਨੇ ਆਖਿਆ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਕੋਰੋਨਾ ਵੈਕਸੀਨ ਦਾ ਪੂਰਾ ਸਟਾਕ ਮੰਗਵਾਇਆ ਜਾਏ। ਅਤੇ ਮੈਂ ਕਿਹਾ ਮੈਂ ਹੈਲਥ ਵਰਕਰ ਹਾਂ, ਮੇਰੀ ਬੀ ਐਡ ਕੀਤੀ ਹੈ ਮੈਂ, ਅਤੇ ਮੇਰੀ ਟੀਚਿੰਗ ਪ੍ਰੈਕਟਿਸ ਮੈਨੂੰ ਸਕੂਲ ਅਲੋਟ ਹੋਇਆ, ਉਹ ਵੀ ਸਰਕਾਰੀ। ਸਰਕਾਰੀ ਦਾ ਤੁਹਾਨੂੰ ਪਤਾ ਹੀ ਮਾਹੌਲ ਕਿੰਨਾ ਖਰਾਬ ਹੋਇਆ ਦਾ, ਅੱਜ ਕੋਰੋਨਾ ਦਾ ਟਾਈਮ ਹੈ, ਤੂੰ ਡਿਊਟੀ ਕਰਨ ਵੀ ਸਾਨੂੰ ਜਾਣਾ ਹੀ ਪੈਣਾ, ਭਾਵੇਂ ਵੈਕਸੀਨ ਲੱਗੇ ਭਾਵੇਂ ਨਹੀਂ ਲੱਗੇ। ਪਰ ਰਿਸਕ ਤਾਂ ਹੈ ਨਾ, ਸਾਡੇ ਬੱਚੇ ਛੋਟੇ ਛੋਟੇ ਆ ਮੇਰੇ ਘਰ, ਮੈਂ ਤਾਂ ਕਹਾਂ ਕਿ ਸਾਰਾ ਹੀ ਪਿੱਛੋਂ ਜਿਹੜਾ ਸਿਸਟਮ ਹੈ ਸਾਰਾ ਹੀ ਖਰਾਬ ਹੈਗਾ। ਅਤੇ ਕੁਛ ਤੁਸੀਂ ਔਰਡਰ ਦਿੰਦੇ ਪਰ ਤੁਸੀਂ ਚੈੱਕ ਵੀ ਤਾਂ ਤੁਹਾਡੀ ਕਰਨੀ ਰਿਸਪੋਂਸੀਬਿਲਟੀ ਹੈਗੀ ਨਾ, ਚੈੱਕ ਕਰਨਾ ਕਿ ਅਪਲਾਈ ਹੋ ਰਿਹਾ ਕਿ ਉਹ ਨਹੀਂ ਹੋ ਰਿਹਾ, ਤੁਹਾਡੇ ਨੀਚੇ ਜਿਹੜੇ ਕੰਮ ਕਰਦੇ ਵਰਕਰਸ ਉਹ ਕੰਮ ਕਰ ਵੀ ਰਹੇ ਕਿ ਨਹੀਂ ਕਰੇ। ਸਵੇਰੇ ਟੀਕਾ ਲਵਾਉਣ ਆਏ ਹਾਂ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਟੀਕਾ ਨਹੀਂ ਲੱਗ ਰਿਹਾ ਅਤੇ ਨਾ ਹੀ ਇਹਨਾਂ ਕੋਲ ਅਵੇਲੇਬਲ ਹੈ। ਸਰ ਪ੍ਰੋਬਲਮ ਹੀ ਪ੍ਰੋਬਲਮ ਹੈ, ਇੱਥੇ ਹੋਰ ਕੁਛ ਹੈ ਹੀ ਨਹੀਂ। ਸਰ ਉੱਪਰ ਕੋਈ ਇੰਤਜ਼ਾਮ ਨਹੀਂ ਹੈਗਾ, ਕੁਛ ਨਹੀਂ ਹੈਗਾ, ਸਿਰਫ ਲੋਕਾਂ ਨੂੰ ਬੇਵਕ੫ੂ ਬਣਾਇਆ ਗਿਆ ਕਿ ਵੈਕਸੀਨ ਲੱਗੇਗੀ ਪਰ ਕੋਈ ਨਹੀਂ ਲੱਗ ਰਹੀ ਵੈਕਸੀਨ। ਹਾਂਜੀ ਸਰ, ਜ਼ਰੂਰੀ ਲਵਾਉਣੀ ਚਾਹੀਦੀ ਹੈ ਪਰ ਇਹਨਾਂ ਕੋਲ ਮੈਨੇਜਮੈਂਟ ਵੀ ਬਣਾਉਣੀ ਚਾਹੀਦੀ, ਲੋਕਾਂ ਨੂੰ ਆ ਕੇ ਪਰੇਸ਼ਾਨੀ ਨਾ ਆਵੇ। ਹੁਣ ਅਸੀਂ ਵਾਪਸ ਜਾ ਰਹੇ ਹਾਂ ਸਵੇਰੇ 8 ਵਜੇ ਆ ਕੇ। ਮੋਰਨਿੰਗ ਟਾਈਮ ਤੋਂ ਸਾਰੇ ਬਹੁਤ ਖਜਲ ਖੁਆਰੀ ਹੋ ਰਹੀ ਹੈ, ਕੋਈ ਵੈਕਸੀਨੇਸ਼ਨ ਆ ਹੀ ਨਹੀਂ ਰਹੀ ਹੈ। ਹਾਂਜੀ ਸਰ, ਅਸੀਂ ਸਿਵਲ ਸਰਜਨ ਨੂੰ ਵਾਰ ਵਾਰ ਕਾਲ ਕਰ ਰਹੇ ਹਾਂ, ਉਹ ਵੀ ਕਹਿੰਦੇ ਸਾਨੂੰ ਸਪਲਾਈ ਆਏਗੀ ਅਤੇ ਅਸੀਂ ਤੁਹਾਨੂੰ ਅਗਾਂਹ ਸਟਾਕ ਦੇਵਾਂਗੇ। ਹਾਂਜੀ, ਵਾਪਸ ਜਾਂਦੇ ਪਏ ਤੰਗ ਹੋ ਕੇ, ਬਹੁਤ ਵਿਚਾਰੇ ਰੌਲਾ ਵੀ ਪਾਉਂਦੇ ਆ, ਕਈਆਂ ਨੂੰ ਆਉਣ ਜਾਣ ਦੀ ਪ੍ਰੋਬਲਮ ਹੋ ਰਹੀ ਹੈ, ਇੱਕ ਲੋਕਡਾਊਨ ਕਰਕੇ ਕੋਈ ਕੰਮ ਵੀ ਨਹੀਂ ਚੱਲਦਾ। ਫਸਟ ਨਿਊਜ਼ ਟੀਮ ਅੱਜ ਆਈ ਹੈ ਅੰਮ੍ਰਿਤਸਰ ਦੇ ਸਿਵਲ ਹਸਪੀਟਲ, ਜਿੱਥੇ ਕਿ ਕੋਵਿਡ ਦੇ ਵੈਕਸੀਨੇਸ਼ਨ ਲਗਾਏ ਜਾ ਰਹੇ ਸਨ, ਲੇਕਿਨ ਕੱਲ੍ਹ ਤੋਂ ਕੋਈ ਵੈਕਸੀਨ ਇੱਥੇ ਅਵੇਲੇਬਲ ਨਹੀਂ ਹੈ, ਇਸੇ ਕਰਕੇ ਕੋਈ ਵੀ ਪੇਸ਼ੈਂਟ ਨੂੰ ਸਹੀ ਤਰ੍ਹਾਂ ਟ੍ਰੀਟਮੈਂਟ ਨਹੀਂ ਮਿਲ ਪਾ ਰਿਹਾ। ਜਿਹੜੇ ਵੀ ਲੋਕ ਆਉਂਦੇ ਸਨ ਉਹ ਤਕਰੀਬਨ ਇੱਥੇ ਬੈਠੇ ਹੋਏ ਨਜ਼ਰ ਆਉਂਦੇ ਸੀ, ਲੇਕਿਨ ਰਵੱਈਆ ਹਸਪੀਟਲ ਦਾ ਕੁਛ ਇਹੋ ਜਿਹਾ ਹੈ ਕਿ ਲੋਕ ਵੀ ਇੱਥੇ ਆਉਣਾ ਸ਼ਾਇਦ ਨਹੀਂ ਪਸੰਦ ਕਰ ਰਹੇ। ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਵੈਕਸੀਨਸ ਕਦੋਂ ਆਉਣਗੀਆਂ, ਕੋਈ ਦੱਸਣ ਵਾਲਾ ਨਹੀਂ ਹੈ। ਸੀਨੀਅਰਸ ਨਾਲ ਗੱਲ ਕਰਨਾ ਚਾਹੀ ਅਤੇ ਉਹ ਕੈਮਰੇ 'ਤੇ ਆਉਣ ਤੋਂ ਮਨਾ ਕਰਦੇ ਹਨ। ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸਵੇਰੇ ਆਈਦਾ ਹੈ, ਡਿਊਟੀ ਕਰਕੇ ਸ਼ਾਮ ਨੂੰ ਵਾਪਸ ਚਲੇ ਆਈਦਾ ਹੈ। ਪੇਸ਼ੈਂਟਸ ਨੂੰ ਆਉਣ ਵਾਲੇ ਲੋਕਾਂ ਨੂੰ ਦੱਸਣ ਵਾਲਾ ਕੌਣ ਹੈ ਕਿ ਕੋਵਿਡ ਦੇ ਇੰਜੈਕਸ਼ਨਸ ਕਦੋਂ ਅਵੇਲੇਬਲ ਹੋਣਗੇ। ਕੈਮਰਾ ਪਰਸਨ ਅਜੇ ਕੁਮਾਰ ਨਾਲ ਜੇਪੀ ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ।